ਅਸਲਾਮੁਅਲੈਕਮ ਜੀ, ਤੁਸੀਂ ਜਾਨੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਕਰੋ ਪ੍ਰੈਸ ਕਰਨ ਦਾ ਨਾਲ ਵੀਡੀਓ ਬਾਅਦ ਸਾਨੀ ਦੋਸਤਾਂ ਵੀਰਾਂ ਤੱਕ ਪਹੁੰਚੋ ਔਰ ਤੁਸੀਂ ਦੇਖੋ ਸਭ ਤੋਂ ਪਹਿਲੇ। ਜਿੱਦਾਂ ਕਿ ਤੁਹਾਡਾ ਵੀਰ ਤੁਹਾਡੇ ਵਾਸਤੇ ਹਰ ਰੋਜ਼ ਇੱਕ ਨਈ ਵੀਡੀਓ ਲੈ ਕੇ ਹਾਜ਼ਰ ਹੁੰਦਾ, ਹਰ ਰੋਜ਼ ਦੀ ਨਿਸਬਤ ਅੱਜ ਵੀ ਤੁਹਾਡਾ ਵੀਰ ਤੁਹਾਡੇ ਵਾਸਤੇ ਇੱਕ ਦੂਜੇ ਸੁਆ ਸੁਣਿਆ ਮੱਝ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਮੈਂ ਉਮੀਦ ਕਰਨਾ ਮੇਰੇ ਦੋਸਤਾਂ ਵੀਰਾਂ ਨੂੰ ਪਸੰਦ ਆਈ ਹੈ। ਅਗਰ ਅੱਜ ਵਾਲੀ ਵੀਡੀਓ ਮੇਰੇ ਦੋਸਤਾਂ ਨੂੰ ਪਸੰਦ ਆਉਂਦੀ, ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਭਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੀ ਤੇ ਮੈਂ ਆਪਣੇ ਕੈਮਰਾਮੈਨ ਕਹਾਂਗਾ ਮੱਝ ਦੀ ਕਰਾਂ ਵਿੱਚ ਤਸੱਲੀ, ਹਰ ਚੀਜ਼ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਲੈਣੇ ਦੇਣੇ ਨਸੀਬ ਹੁੰਦੇ। ਤੁਹਾਡਾ ਵੀਰ ਤੁਹਾਡੇ ਵਾਸਤੇ ਖੂਬਸੂਰਤ ਅੱਛਾ ਜਾਨਵਰ ਲੱਭ ਕੇ ਲਿਆਉਂਦਾ, ਕੋਸ਼ਿਸ਼ ਕਰਦਾ ਵੀਰਾਂ ਲਈ ਅੱਛਾ ਤੇ ਖੂਬਸੂਰਤ ਜਾਨਵਰ ਲੱਭ ਕੇ ਲਿਆਵਾਂ ਔਰ ਮਿਹਨਤਾਂ ਕਰਨਾ ਔਰ ਕਿਤੇ ਵੀ ਕੋਈ ਹੋਵੇ, ਗਰਮੀ ਹੋਵੇ ਸਰਦੀ ਹੋਵੇ, ਤੁਹਾਡਾ ਵੀਰ ਤੁਹਾਡੇ ਵਾਸਤੇ ਖਿਦਮਤ 'ਚ ਹਾਜ਼ਰ ਹੁੰਦਾ ਔਰ ਅੱਛੇ ਤੇ ਖੂਬਸੂਰਤ ਜਾਨਵਰ ਲੱਭ ਕੇ ਲਿਆਉਂਦਾ। ਮਾਸ਼ਾਅੱਲਾ, ਉਮੀਦ ਕਰਾਂਗਾ ਮੇਰੇ ਦੋਸਤਾਂ ਵੀਰਾਂ ਨੂੰ ਪਸੰਦ ਆਏਗੀ। ਤੁੰਨੀ ਕੁੜੀ ਕੋਈ ਨਹੀਂ, ਤੁੰਨੀ ਕੁੜੀ ਤੋਂ ਪਾਕ ਸੋਹਣਾ, ਮਾਸ਼ਾਅੱਲਾ ਸਿਰ ਮੱਥਾ, ਮਾਸ਼ਾਅੱਲਾ ਜਾਫਰੀ ਸਿੰਘ ਏ, ਚਿੱਟੀਆਂ ਅੱਖਾਂ, ਹਰ ਚੀਜ਼ ਦੀ ਮੇਰਾ ਕੈਮਰਾਮੈਨ ਤਸੱਲੀ ਕਰਾ ਰਿਹਾ ਨੇ ਤੁਹਾਨੂੰ। ਮਾਸ਼ਾਅੱਲਾ ਖੂਬਸੂਰਤ ਤੇ ਲਾਜਵਾਬ ਜਿੰਨੀ ਵੀ ਹੈ ਆਪਣੀ ਖੁਦ ਮਿਸਾਲ ਹੈ। ਮਾਸ਼ਾਅੱਲਾ ਸੋਹਣਾ ਲਿਬਾਸ, ਸੋਹਣੀ ਮਾਸ਼ਾਅੱਲਾ ਜਾਨ ਸ਼ਾਨ ਦੀ, ਮਾਸ਼ਾਅੱਲਾ ਬਹੁਤ ਖੂਬਸੂਰਤ ਤੇ ਨੀਲੀ ਦਾ ਜਾਨਵਰ ਹੈ। ਮਾਸ਼ਾਅੱਲਾ ਹਰ ਚੀਜ਼ ਦੋਸਤ ਵੀਰਾਂ ਦੇ ਸਾਹਮਣੇ ਤਸੱਲੀ ਕਰਾਈ ਜਾ ਰਹੀ ਹੈ। ਕੈਮਰੇ ਦੀ ਨਜ਼ਰ ਹੈ, ਹਰ ਚੀਜ਼ ਅਕਾਬ ਦੀ ਨਜ਼ਰਾਂ ਨਾਲ ਕੈਮਰਾਮੈਨ ਸਾਹਿਬ ਤੁਹਾਨੂੰ ਦਿਖਾ ਰਹੇ ਨੇ। ਥਣ ਚੱਡਾ ਕੈਮਰਾਮੈਨ ਸਾਹਿਬ ਦਿਖਾਓ, ਤਸੱਲੀ ਕਰਾ ਦਿਓ ਥਣ ਚੱਡੇ ਦੀ। ਮਾਸ਼ਾਅੱਲਾ ਮੁੱਠ ਮੁੱਠ ਦਾ ਥਣ, ਸੋਹਣਾ ਥਣ, ਮਾਸ਼ਾਅੱਲਾ ਸੋਹਣੀਆਂ ਵਿਰਲਾਂ ਦੇ ਵਿੱਚ ਗਿੱਟ ਗਿੱਟ ਦੀ ਵਿਰਲੇ ਮਾਸ਼ਾਅੱਲਾ ਭਾਈ ਦੇਖ ਸਕਦੇ ਨੇ। ਮੁੱਠ ਮੁੱਠ ਦਾ ਥਣ, ਸੋਹਣਾ ਥਣ ਚੱਡਾ, ਇਹ ਹਰ ਚੀਜ਼ ਮੇਰੇ ਦੋਸਤ ਵੀਰਾਂ ਦੇ ਸਾਹਮਣੇ। ਕੈਮਰੇ ਥੋੜ੍ਹਾ ਡਰਦੀ, ਘਰ ਦੀ ਝੋਟੀ ਹੈ, ਮਾਸ਼ਾਅੱਲਾ ਵਪਾਰ ਦੀ ਨਹੀਂ ਹੈ। ਜੱਟ ਜ਼ਿਮੀਂਦਾਰ ਬੰਦਾ ਜਿਹਦੇ ਕੋਲ ਖੜ੍ਹੀ ਹੈ ਕਿ ਆਪਣਾ ਇਹ ਤੁਸੀਂ ਤਸੱਲੀ ਕਰੋ। ਹਰ ਚੀਜ਼ ਦੀ ਤਸੱਲੀ ਕਰਾਓ, ਹਰ ਚੀਜ਼ ਮੇਰੇ ਦੋਸਤ ਵੀਰਾਂ ਦੇ ਸਾਹਮਣੇ। ਭਾਈਚਾਰੇ ਨੂੰ ਥੋੜ੍ਹਾ ਜਿਹਾ ਤੁਸੀਂ ਛੱਡ ਕੇ ਅਤੇ ਇਹਨੂੰ ਦਿਖਾਓ, ਇਹਦੀ ਚਾਲ ਢਾਲ ਦਿਖਾਓ ਕਿ ਕੋਈ ਰੋਲਾ ਤਾਂ ਨਹੀਂ ਹੈਗਾ। ਕੋਈ ਥਣ ਚੱਡਾ ਮਾਸ਼ਾਅੱਲਾ ਬੜਾ ਖੂਬਸੂਰਤ ਹੈ। ਮਾਸ਼ਾਅੱਲਾ ਜਿੰਨੇ ਦਿਨ ਲੈਂਦੀ ਹੈ, ਮਾਲਕ ਤੋਂ ਪੁੱਛਾਂਗੇ ਕਿੰਨੇ ਦਿਨ ਲੈਂਦੀ ਹਾਲੇ। ਫੁੱਲ ਤਿਆਰ ਹੈ ਸੂਵਣ ਦੇ, ਮਸਲ ਇੱਕ ਲੈ ਜਾਵੇ, ਦੋ ਤਿੰਨ ਦਿਨ ਲੈ ਜਾਵੇ, ਇਹ ਮਾਲਕ ਤੋਂ ਪੁੱਛਣੇ ਕਿੰਨੇ ਦਿਨ ਲੈਂਦੀ ਹੈ। ਇਹ ਤਸੱਲੀ ਕਰਾਂਗੇ ਇਨਸ਼ਾਅੱਲਾ, ਮਾਲਕ ਦੇ ਕੋਲੋਂ ਪੁੱਛਾਂਗੇ ਰੂਬਰੂ। ਭਾਈਜਾਨ ਇਹਦੇ ਛੱਡ ਦਿਓ, ਇਹਨੂੰ ਬੰਨੋ ਅਤੇ ਆਹ ਚਾਲ ਢਾਲ ਦਿਖਾ ਦਿਓ ਇਹਦੀ ਭਾਈਜਾਨ, ਅਤੇ ਆ ਜਾਓ ਉਰਾ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਅਤੇ ਇਹਨੂੰ ਬੰਨ ਕੇ ਆ ਜਾਓ। ਜੜ ਜ਼ਿਮੀਂਦਾਰ ਬੰਦਾ ਜੀ, ਤੁਸੀਂ ਦੇਖ ਸਕਦੇ ਹੋ, ਇਹ ਦੇਖੋ ਜੀ ਜੜ ਜ਼ਿਮੀਂਦਾਰ ਬੰਦਾ, ਇਹ ਮਾਲ ਖੜਾ, ਕੋਈ ਵਪਾਰੀ ਨਹੀਂ ਅਤੇ ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈ, ਹਰ ਚੀਜ਼ ਮੇਰੇ ਦੋਸਤ ਵੀਰ ਦੇਖ ਸਕਦੇ ਨੇ। ਬਾਕੀ ਸਾਰੀ ਗੱਲ ਕਰਾਂਗੇ ਮਾਲਕ ਨਾਲ, ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ, ਤਸੱਲੀ ਕਰਾਵਾਂਗੇ ਦੋਸਤਾਂ ਵੀਰਾਂ ਦੀ। ਸਾਹਮਣੇ ਕਿ ਭਾਈ ਜਾਨ, ਕੀ ਹਾਲ ਚਾਲ? ਠੀਕ ਠਾਕ ਹੋ? ਹੋਰ ਸਭ ਪਿਤਾ ਸੇ ਤਾਂ ਠੀਕ ਨੇ? ਕੀ ਨਾਮ ਹੈ ਭਾਈ ਜਾਨ? ਮਨੀਰ ਸਾਹਿਬ। ਭਾਈ ਮਨੀਰ, ਹੋਰ ਸਭ ਖੈਰ? ਮੇਰ ਠੀਕ ਠਾਕ। ਭਾਈ ਮਨੀਰ, ਇਹ ਆਪਣੇ ਘਰ ਦੀ ਚੋਟੀ ਜਾਂ ਵਪਾਰ ਦੀ? ਘਰ ਦੀ ਚੋਟੀ, ਘਰ ਦੀ। ਭਾਈ ਮਨੀਰ, ਇਹਦਾ ਦੂਜਾ ਸੂਆ ਪੱਕੀ ਗੱਲ? ਹਾਂਜੀ ਦੂਜਾ। ਅਤੇ ਪਹਿਲਾ ਸੂਆ ਕਿੰਨਾ ਦੁੱਧ ਦਿੰਦੀ ਰਹੀ? 15 ਗੜੀਆਂ ਦਿੰਦੀ ਭਾਈ। 15 ਗੜੀਆਂ, ਅਤੇ ਹੁਣ ਇਨਸ਼ਾਅੱਲਾ ਕਿੰਨਾ ਦੇਗੀ? ਇਨਸ਼ਾਅੱਲਾ 20 ਕਰੇਗੀ। 20 ਕਰੇਗੀ, ਚਲੋ 18 ਵੀ ਕਰੇ ਤਾਂ ਬੜਾ ਹੈ, ਮਾਸ਼ਾਅੱਲਾ। ਅਤੇ ਬਾਕੀ ਕਿੰਨੇ ਦਿਨ ਲੈਂਦੀ ਮਨੀਰ ਸਾਹਿਬ? ਬਸ ਜੀ ਡੰਗ ਦਿਹਾੜੀ। ਡੰਗ ਦਿਹਾੜੀ ਲੈਂਦੀ, ਇੱਕ ਦੋ ਦਿਨ ਲੈਂਦੀ, ਤਿਆਰ ਹੀ ਹੈ? ਬਿਲਕੁਲ। ਅਤੇ ਭਾਈ ਮਨੀਰ ਸੈਨ, ਇਹਦੀ ਜਿਹੜੀ ਪਿਆਰ ਮੁਹੱਬਤ ਹੈ, ਡਿਮਾਂਡ ਹੈ, ਪਿੱਛਾ ਪੁੱਛਾ ਤਾਂ ਨਹੀਂ ਕਰਦੀ? ਬਿਲਕੁਲ, ਕੋਈ ਗੱਲ ਨਹੀਂ, ਹਰ ਚੀਜ਼ ਦੀ ਆਪਾਂ ਗਰੰਟੀ ਦਿਆਂਗੇ, ਕੋਈ ਸਾਡਾ ਵੀਰ ਲੈਣਾ ਚਾਹੇ ਤਾਂ। ਬਿਲਕੁਲ। ਕਹਿੰਦੀ ਪਿਆਰ ਮੁਹੱਬਤ ਹੈ, ਡਿਮਾਂਡ ਕਰਨੀ, ਜ਼ਿਆਦਾ ਰੇਟ ਨਹੀਂ ਕਰਨੇ ਕਿ ਆਪਣੀ ਚੀਜ਼ ਇੱਥੇ ਖੜੀ ਰਹੇ, ਵਿਕਣ ਵਾਲੀ ਗੱਲ ਕਰਨੀ, ਵੇਚਣ ਵਾਲੀ ਗੱਲ ਕਰਨੀ। ਮੇਰੇ ਭਾਅ ਜਿਹੜਾ ਭਾਅ 2,60,000, 2,60,000 ਇਹਦੇ 'ਚ ਕੋਈ ਪਿਆਰ ਮੁਹੱਬਤ? ਪਿਆਰ ਮੁਹੱਬਤ ਕਰਨਾ, 2,60,000 ਰੁਪਇਆ ਭਾਈ ਰੇਟ ਕਰਦੇ ਨੇ। ਕਹਿੰਦੇ ਨੇ ਇਹਦੇ 'ਚ ਪਿਆਰ ਮੁਹੱਬਤ ਹੋ ਜਾਏਗੀ। ਅਤੇ ਆਪਦੇ ਵਟਸਐਪ ਨੰਬਰ ਤੁਹਾਡੇ ਵੀਰ ਦਾ 0308497147 ਹੈ, ਰਾਬਤਾ ਨੰਬਰ ਵੀ ਵਟਸਐਪ ਨੰਬਰ ਵੀ ਹੈ। 2,60,000 ਰੁਪਇਆ ਡਿਮਾਂਡ ਹੈ, ਮੌਕੇ 'ਤੇ ਆਦਰ ਮੌਕੇ 'ਤੇ ਪਿਆਰ ਮੁਹੱਬਤ ਹੋ ਜਾਏਗੀ ਵੀਰਾਂ ਨਾਲ। ਇਸ ਵੀਡੀਓ ਨਾਲ ਸਾਡੇ ਆਏ ਵੀਰ ਦਿਓ ਜਸਟ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਹਾਫਿਜ਼।